ਮੈਂ ਤੰਗ ਆ ਨਾ ਬਿੱਲੀ ਨਹੀਂ ਹਾਂ ਦੀ ਬਕਵਾਸ ਕੀਤੀ ਉਹ ਹਾਫ ਸਰੇ ਆ ਉਹ ਚੱਲ ਤੂੰ ਹਾਫ ਸਰੇ ਆ ਕੀ ਹਾਂ ਕੀ ਹਾਂ ਕੀ ਤੂੰ ਕੌਣ ਅੱਜ ਤਾਂ ਬੱਚਾ ਤੂੰ ਸਿਰ ਕਰਨਾ ਰਗੜਦਾ ਰਹਿਣਾ ਖਾਣਾ ਖਰਾਬ ਕਰਦਾ ਵੀ ਤੇਰੇ ਨਾਲ ਉਹ ਚੱਲ ਚੱਲ ਕੰਮ ਕਰ ਲਈ ਤੇ ਮੈਂ ਤੈਨੂੰ ਕਿਹਾ ਕਿ ਛੇੜਾ ਲੈ ਜਾ ਕੀ ਛੇੜਾ ਲੈ ਜਾ ਨਾ ਆਖਰੀ ਮੈਲਾ ਦੁਨੀਆ ਦਾ ਉਹ ਚੱਲ ਚੱਲ ਕੰਮ ਕਰਿਆ ਕਰ ਐਡਾ ਤੂੰ ਤੇਰੇ ਨਾਲ ਤੂੰ ਕਰਿਆ ਕਰ ਕੰਮ ਮਾਮਾ ਤੇਰੇ ਕੱਪੜੇ ਕੰਮ ਕਰਨ ਵਾਲੇ ਬਣਿਆ ਤੂੰ ਡਾਕਟਰ ਆ ਤੇ ਬੋਲ ਸਹੀ ਨਹੀਂ ਕਰਾ ਸਕਿਆ ਬੋਲ ਤੂੰ ਸਹੀ ਨਹੀਂ ਕਰਾ ਸਕਿਆ ਦੁਬਾਰਾ ਕਰੀ ਜਰਾ ਨਾ ਕਰਿਆ ਕਰ ਲੱਗਦਾ ਖੋਤੇ ਦਾ ਬੱਚਾ ਸਾਹ ਲੈਣ ਦੇ ਚੱਲ ਚੱਲ ਐ ਮੇਰੇ ਕੋਲ ਜ਼ਲੀਲ ਨਾ ਜੀ ਕਿਤੇ ਚੱਲ ਮੇਰੇ ਕੋਲ ਜ਼ਲੀਲ ਹੋ ਜੀ ਮਾਮਾ ਤੂੰ ਕੀ ਬਦਤਮੀਜ਼ ਆਦਮੀ ਹੈ ਠੁੱਕ ਦੇਗਾ ਜ਼ਿਆਦਾ ਉਹ ਐਵੇਂ ਤੋ ਚੱਲ ਕੰਮ ਕਰ ਚੱਲ ਤੰਗ ਰੱਖ ਤੂੰ ਤੰਗ ਨਾ ਮੈਂ ਤੇਰਾ ਮੂੰਹ ਹੈ ਇਹੋ ਜਿਹਾ ਕਿ ਤੂੰ ਕਿਸੇ ਦਾ ਰੋਹ ਪਹੁੰਚਾ ਦੱਸ ਤੋਰ ਮੈਂ ਤਾਂ ਕਰ ਤੂੰ ਤੇ ਆਪ ਇਹੋ ਜਿਹਾ ਕੱਪੜੇ ਪਾ ਕੇ ਤੈਨੂੰ ਦੁਕਾਨਦਾਰ ਕਹਿੰਦਾ ਉੱਠ ਜਾ ਵਰਨਾ ਤੱਤਾ ਪਾਣੀ ਪਾ ਦੇਵਾਂਗਾ ਇਹ ਤੇ ਮੇਰੇ ਹੌਬੀ ਹੈ ਤੈਨੂੰ ਕਹਿੰਦਾ ਜੱਟ ਮੇਰੇ ਪਾਸੇ ਦੋ ਕੇਲੇ ਦੋ ਸੇਬ ਦੁੱਧ ਪਾ ਕੇ ਮਿਲਕਸ਼ੇਕ ਬਣਾ ਕੇ ਲੈ ਕੇ ਆ ਕੀ ਦੋ ਕੇਲੇ ਦੋ ਸੇਬ ਦੁੱਧ ਪਾ ਕੇ ਮਿਲਕਸ਼ੇਕ ਬਣਾ ਕੇ ਲੈ ਕੇ ਆ ਹੁਣ 90 ਸਕੋਰ ਕੀਤਾ ਤੂੰ 90 ਕੋਈ ਵੱਡਾ ਪਲੇਅਰ ਨਹੀਂ ਕਰਨ ਰਿਹਾ ਮੈਂ ਸਵਾਹ ਕਰਨਾ ਹੈ ਤੇ 90 ਤੈਨੂੰ ਜੁੱਤੀਆਂ ਪੈਣੇ ਜੇ ਤੇਰੇ ਯਾਰ ਨੇ ਮੇਰੇ ਯਾਰ ਮੈਂ ਤਵਾਏ ਹਾਂ ਤਵਾਏ ਹਾਂ ਚੱਲ ਚੱਲ ਕੰਮ ਕਰ ਜਾ ਕੇ ਡਾ ਕਿੱਡਾ ਬੜਾ ਤੇਰਾ ਮੂੰਹ ਖਾਨਾ ਖਰਾਬਾ ਓ ਮੂੰਹ ਤੂੰ ਰਿਸ਼ਤਾ ਦੇਣਾ ਮੈਨੂੰ ਕੁੱਤੇ ਦੇ ਪੁੱਤਰਾ ਤੈਨੂੰ ਕੋਈ ਰਸਤਾ ਨਹੀਂ ਦਿੰਦਾ ਰਿਸ਼ਤਾ ਤੈਨੂੰ ਕਿਸੇ ਨੇ ਸਵਾ ਦੇਣਾ ਜਿੰਦਾ ਕਿ ਤੇਰੇ ਜਿਹੜੇ ਤੂੰ ਕੱਪੜੇ ਪਾਏ ਨੇ ਜਾ ਜਾ ਕੇ ਦੋ ਕਿਲੇ ਦੋ ਸੇਬ ਦੁੱਧ ਪਾ ਕੇ ਮਿਲਕਸ਼ੇਕ ਲੈ ਕੇ ਆ ਉਹ ਨਹੀਂ ਲਿਆਉਣਾ ਕੀ ਕਰ ਲੈਂਦਾ ਤੂੰ ਮੈਨੂੰ ਜਵਾਬ ਦੇ ਰਿਹਾ ਡਾਕਟਰ ਨੋਮੀ ਨੂੰ ਖਾਨਾ ਖਰਾਬ ਦੇ ਪੁੱਤਰ ਡਾਕਟਰ ਫਿੱਕੀ ਦੇ ਭਰਾ ਨੂੰ ਮੈਂ ਤੈਨੂੰ ਹੁਣੇ ਨੌਕਰੀ ਤੇ ਕਢਵਾ ਦਿੱਤਾ ਮੈਨੂੰ ਕਿ ਟਕੇ ਟਕੇ ਦੀਆਂ ਸਵਾਰਸ਼ਾਂ ਲੈ ਕੇ ਪਿਓ ਤਰਾ ਕੇ ਸਾਡੇ ਪੈਰਾਂ 'ਚ ਪਗ ਰੱਖ ਕੇ ਕਹੇਗਾ ਅੱਲਾ ਦਾ ਵਾਸਤੇ ਕਿ ਮੇਰਾ ਪੁੱਤਰ ਵੇਲਾ ਫਿਰਦਾ ਨਹੀਂ ਤੇ ਕੰਮ ਤੇਰਾ ਕੋਲ ਮੈਂ ਪਹਿਲੇ ਬੜੀ ਮੁਸ਼ਕਲ ਨਾਲ ਤੇਰੇ ਕੋ ਆ ਗਿਆ ਸਾ ਮਾਂ ਤੇ ਜਾ ਕੇ ਮੈਂ ਦੁਪੱਟਾ ਤੇ ਚੜ੍ਹ ਕੇ ਦੋ ਟਕੇ ਦਾ ਆਦਮੀ ਜਦੋਂ ਦਾ ਤੇਰਾ ਕਾਬਲ ਦਾ ਚੱਕਰ ਲੱਗਾ ਤੇਜ਼ ਹੋ ਗਿਆ ਕਾਬਲ ਦਾ ਚੱਕਰ ਲੱਗਣ ਤੋਂ ਬਾਅਦ ਬੰਦਾ ਤੇਜ਼ ਨਹੀਂ ਹੁੰਦਾ ਬੰਦਾ ਤੰਗੜ ਹੁੰਦਾ ਹੀ ਚੱਲ ਚੱਲ ਕੋਈ ਸੇਬ ਸੂਬ ਕੇਲੇ ਨਹੀਂ ਆ ਬੈਠਾ ਤੂੰ ਆਰਾਮ ਨਾਲ ਆ ਕੇ ਪੁੱਛੇਗਾ ਭਾਈ ਨੂੰ ਇਹ ਵੇਖੋ ਇਹ ਬੇਸ਼ਰਮ ਆਦਮੀ ਹੈ ਬਿਲਾ ਵਜ੍ਹਾ ਮਜ਼ਦੂਰ ਜਿਹੜਾ ਹੈ ਜਿਹੜਾ ਬਗੈਰ ਮਜ਼ਦੂਰੀ ਤੋਂ ਪਸੀਨਾ ਕੱਢ ਲੈਂਦਾ ਆਪਣਾ ਤੇਰੇ ਹੋਇਆ ਕੀ ਆ ਵੇਖੋ ਭਾਈ ਜਾਨ ਇਹ ਦੇਖੋ ਇਹ ਮਿਰਚਾਂ ਰਗੜਨ ਵਾਲਾ ਵੱਟਾ ਇਹਦੀ ਔਕਾਤ ਵੇਖੋ ਜਾਹਲ ਆਦਮੀ ਦੀ ਅੱਜ ਨੇ ਸਾਡੇ ਨਾਲ ਕੀਤੀ ਕੀ ਹੈ ਕੀ ਮੇਰੇ ਨਾਲ ਉਹ ਕੀਤੀ ਹੈ ਭਾਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਨਹੀਂ ਹੋਏ ਰਕਸ਼ੇ ਤੇ ਨਹੀਂ ਆਇਆ ਕਿੰਨਾ ਮੇਰਾ ਭਰਾ ਨੂੰ ਕੁਝ ਆਖਿਆ ਤੈਨੇ ਨਾਲ ਕਿਹਦੀ ਗੱਲ ਕਰਨ ਦੀ ਚੁਰਕ ਹੋਈ ਆ ਪਤਾ ਮੇਰੇ ਮੂੰਹ ਤੇ ਤਰਾ ਹਰ ਕਿਸੇ ਦਾ ਪੁੱਛਿਆ ਸਾਰੇ ਕਹਿੰਦੇ ਮੁੱਕੇ ਨੇ ਮੇਰਾ ਭਰਾ ਕੇਲੇ ਮੰਗੇ ਤੇ ਤੂੰ ਇਨਕਾਰ ਕਰ ਦਵੇ ਹੈ ਭਾਈ ਮੈਨੂੰ ਮਾਫ਼ ਕਰ ਦਿਓ ਤੁਹਾਡੀ ਮਿਹਰਬਾਨੀ ਮਾਫੀ ਵਾਲਾ ਟਾਈਮ ਲੰਘ ਗਿਆ ਹੁਣ ਨਹੀਂ ਹੋਣੀ ਉਹ ਭਰਾਵਾ ਤੈਨੂੰ ਲੜਾਈ ਲਈ ਬੁਲਾਇਆ ਤੇਲ ਮਹਿੰਦੀ ਤੈਨੂੰ ਬੁਲਾਇਆ ਹੁਣ ਕਤਲ ਕਰ ਦੇ ਕਤਲ ਕਰ ਦੇ ਇਹਨੂੰ ਤੂੰ ਵਿੱਚੋਂ ਪਰੇ ਹੋ ਜਾ ਦਲੇਰ ਮਹਿੰਦੀ ਤੈਨੂੰ ਮੈਂ ਦੱਸਾਂ ਮੇਰੇ ਭਰਾ ਨੂੰ ਚੁਰਤ ਕਿਵੇਂ ਹੋਈ ਤੇਰੀ ਭਾਈ 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 ਜੀ ਭਾਈ ਜੀ ਭਾਈ ਜੀ ਕਿਉਂ ਕੀਤਾ ਕਿਉਂ ਕੀਤਾ ਕਿਉਂ ਕੀਤਾ ਹੋ ਗਿਆ ਹੋ ਗਿਆ ਤੇ ਰੋਕ ਲੈਂਦਾ ਤੂੰ ਤੈਨੂੰ ਕਿੰਨੀ ਵਾਰੀ ਤਾਰ ਨੀ ਪਾਉਣੀ ਨਾਲ ਹੀ ਪਵਾ ਲੈ
ਵੀਰੇ ਸਵੇਰੇ ਨਾਲਾ ਦੇ ਹਨੀ ਤਾਰ ਕੱਢ ਕੇ ਨਾਲਾ ਪਾਇਆ ਇਹ ਕੀ ਕਰ ਰਹੇ ਹੋ ਅੰਕਲ ਕੌਸਲ ਕਹਿੰਦੇ ਮੈਨੂੰ ਹਲਾ ਕੇ ਫੋਨ ਕਰਿਆ ਕਰੋ ਸਾਰਾ ਮੋਟਾ ਮੋਟਾ ਫੋਨ ਉਹਨਾਂ ਨੂੰ ਇਹਨਾਂ ਦਾ ਹਲਾ ਕੇ ਕਰਨਾ ਚਾਹੀਦਾ ਨਹੀਂ ਤਾਂ ਮਹਿੰਗੀ ਆ ਕਾਲਾਂ ਥੱਲੇ ਬੈਠ ਕੇ ਰਹਿਣੀਆਂ ਨੰਬਰ ਲਿਖੋ ਅੰਕਲ ਕੌਸਲ ਦਾ ਨੰਬਰ ਲਿਖੋ 0345 0345 14 ਅਗਸਤ 1947 ਇਹ ਕੀ ਨੰਬਰ ਹੈ ਅਸਲ ਪਾਕਿਸਤਾਨੀਆਂ ਦਾ ਇਹੋ ਹੀ ਨੰਬਰ ਹੈ ਤੇ ਇਹ ਰੀਚਾਰਜ ਕਿੱਥੋਂ ਹੁੰਦਾ ਹਰ ਸਾਲ ਸ਼ਹੀਦਾਂ ਦੇ ਲਹੂ ਨੂੰ ਸਲਾਮੀ ਦੇ ਕੇ ਦੇਖੋ ਅਗਲੇ ਸਾਲ ਵਾਸਤੇ ਫੇਰ ਰੀਚਾਰਜ ਹੋ ਜਾਏਗਾ ਤੇ ਤੁਸੀਂ ਕਿੰਨੋ ਹੀ 1971 ਦਾ ਵਾਕਿਆ ਯਾਦ ਕਰ ਬੰਬ ਕਿਉਂ ਨਹੀਂ ਖਾਂਦੇ ਤੇਰਾ ਰੇੜੇ ਦਾ ਬੰਬਰ ਦਾ ਸਿਰ ਯਾਰ ਗੱਲ ਪਤਾ ਕੀ ਬੰਬ ਇਸ ਲਈ ਨਹੀਂ ਖਾਂਦੇ ਅੰਦਰ ਜਾ ਕੇ ਖੁੱਲ ਜਾਂਦਾ ਤੇਰੀ ਗੱਲ ਗੌਰ ਕਰਨ ਵਾਲੀ ਬਾਦਸ਼ਾਹ ਤੇਰੀ 345 7896 ਛੋਟੀ ਜੇ ਜ਼ੈਡ ਕਿਉਂ ਲੱਗਾ ਨਾ ਪਤਾ ਹੁਣ ਫਿਰ ਤੈਨੂੰ ਉੱਥੇ ਰੱਖਦੇ ਇਹਦਾ ਕਾਰਡ ਚੋਰੀ ਹੋ ਰਿਹਾ ਲਾਲਾ ਜੀ ਤੁਸੀਂ ਗੁੱਸਾ ਨਾ ਕਰੋ ਤੁਹਾਡੇ ਵਾਸਤੇ ਮੈਂ ਜਲੂਸ ਬਣਾ ਕੇ ਲਿਆਣਾ ਜਲੂਸ ਮੈਂ ਸ਼ੇਰ ਸ਼ੇਰ ਜੂਸ ਜੂਸ ਬਣਾ ਕੇ ਲਿਆਣਾ ਲੇਕਿਨ ਪਾਇਆ ਨਾ ਅੰਦਰ ਵਾਲੇ ਗੁਸਲਖਾਨੇ ਵੀ ਵੱਡੇ ਕਰਾ ਦਿਓ ਉਹ ਤਾਂਗੜ ਪਾਈ ਇੰਨਾ ਕਿ ਗੁਸਲਖਾਨਾ ਇੰਨੀ ਛੋਟੀ ਜਗ੍ਹਾ ਬੰਦਾ ਤਿਲਕ ਵੀ ਪੈਂਦਾ ਫਿਰ ਵੀ ਖਲੋਤਾ ਹੀ ਕੋਈ ਨਹੀਂ ਕਰਾ ਦੇ ਲੋਕੇ ਤਾਂ ਨਹੀਂ ਦੇਣੀ ਉਹ ਤੈਨੂੰ ਕਿਉਂ ਨਹੀਂ ਸਮਝ ਲੱਗਦੀ ਉਹ ਬੜਾ ਤੇਰਾ ਵੈਸ ਪੈਂਦੀ ਗੱਦੀ ਵਰਗਾ ਸੇਰਾ ਇਹ ਤੇ ਦੱਸੇ ਨਹੀਂ ਅਗਲੀ ਕਿ ਪਿਛਲੀ ਕਿ ਤੈਨੂੰ ਤੇ ਪਿਛਲੀ ਵਾਰ ਖਾਂਦੀ ਨਾ ਉਹ ਵੀਰੇ ਤੂੰ ਇਹਦੇ ਕੋਲ ਕੇਲੇ ਨਾ ਮੰਗਿਆ ਕਰ ਮੰਗਿਆ ਕਰ ਤੂੰ ਛੱਡ ਦੇ ਕੇਲੇ ਹੁਣ ਵੱਡਾ ਹੋ ਗਿਆ ਸਰ ਸਾਹਿਬ ਹਾਂਜੀ ਮੈਨੂੰ ਮਾਫ ਕਰ ਦਿਓ ਓਕੇ ਮੈਂ ਤੁਹਾਨੂੰ ਕੇਲੇ ਨਹੀਂ ਦਿੱਤੇ ਕੋਈ ਨਹੀਂ ਖਾਇਆ ਤੂੰ ਸਾਡੇ ਮਾਲਕ ਮੈਂ ਤੁਹਾਡਾ ਨੰਬਰ ਖਾਦਾ ਮੈਨੂੰ ਮਾਫ ਕਰ ਮੈਨੂੰ ਮਾਫ ਕਰ ਦਿੱਤਾ ਅਗਰ ਤੁਸੀਂ ਮੈਨੂੰ ਦਿਲੋਂ ਮਾਫ ਕੀਤਾ ਹੈ ਜੱਜ ਮੇਰੀ ਇੱਕ ਗੱਲ ਮੰਨੋਗੇ ਡਾਕਟਰ ਸਾਹਿਬ ਆਡਰ ਮੈਂ ਤੁਹਾਡੇ ਮੂੰਹ ਤੇ ਥੁੱਕਣਾ ਚਾਹੁੰਦਾ ਇੰਨੇ ਅਰਸੇ ਦਾ ਤਲਕ ਤੇ ਇੰਨੀ ਛੋਟੀ ਗੱਲ ਮੈਂ ਵੀ ਤੈਨੂੰ ਗੱਲ ਕਹਿਣੀ ਚਾਹੁੰਦਾ ਗੁੱਸਾ ਨਾ ਕਰੀ ਨਾ ਨਾ ਕਰੀ ਮੈਂ ਵੀ ਥੁੱਕਣਾ ਚਾਹੁੰਦਾ ਪਰ ਮੂੰਹ ਤੇ ਨਹੀਂ ਕਾਂਗੜ ਨਾ ਨਾ ਕਰੀ ਆਈ ਨਾ ਨਾ ਕਰੀ ਕਿੱਥੇ ਥੁੱਕਣਾ ਭਾਈ ਕਿੱਧਰ ਥੁੱਕਣਾ ਜਿੱਥੇ ਥਾਂ ਹੋਣੀ ਭਾਈ ਭਾਈ ਕਿਹੜੀ ਥਾਂ ਸਵਾਲੀ ਡਸਟਬਿਨ ਨਹੀਂ ਹੁੰਦੀ ਅੱਛਾ ਡਸਟਬਿਨ ਪਹਿਲੇ ਤਾਂ ਤੂੰ ਤਾਂਗ ਨੂੰ ਗੰਦਿਆ ਕਰਦੇ ਆ ਤੂੰ ਲੋਕਾਂ ਨੂੰ ਡਸਟਬਿਨ ਨਹੀਂ ਦੱਸਣੀ ਅੱਜ ਤੂੰ ਮੇਰਾ ਦਿਲ ਜਿੱਤ ਲਿਆ ਹੈ ਹਾਂ ਤੂੰ ਮੇਰੀ ਜ਼ਿੰਦਗੀ ਹੈ ਤੂੰ ਮੇਰੀ ਜਾਨ ਹੈ ਅੱਜ ਮੇਰੇ ਦਿਲ ਚ ਇੱਕ ਗੱਲ ਕਰ ਰਹੀ ਹੈ ਜਿਹੜੀ ਲਾਨਤ ਬੇਸ਼ਮਾਰ 20 ਸਾਲਾਂ ਦੇ ਤਲਕ ਦਾ ਰਿਜ਼ਲਟ ਇੰਨਾ ਕੁ ਜੁਮਲਾ ਦਿੱਤਾ ਬਗੈਰ ਤਾਂ ਸਾਡਾ ਦਿਲ ਵੇ ਕੁੱਤੇ ਦੇ ਆ ਪੁੱਤਰਾ ਸੇਮ ਟੂ ਯੂ ਅਕੇਲਾ ਤੂੰ ਲਾਲਾ ਛੁੱਟੀ ਲਾ ਲੈ ਉਹਨੂੰ ਥੋੜੀ ਜਾਣੀ ਉਹਦੇ ਕਿਹੜਾ ਮੁੱਕ ਗਿਆ ਜਾਂ ਕੱਟ ਦਿੱਤਾ ਉਹਨੇ ਨਹੀਂ ਬਸ ਠੀਕ ਹੈ ਉਹਦੇ ਤੇ ਘਰ ਦੇ ਗਾਣੇ ਨੇ ਕੀ ਘਰ ਦੇ ਗਾਣੇ ਨੇ ਉਹਦੇ ਆਪਣੇ ਘਰ ਦੇ ਗਾਣੇ ਜਿਸ ਤਰ੍ਹਾਂ ਮਰਜ਼ੀ ਲਾਵੇ ਤੇ ਜਿਸ ਮਰਜ਼ੀ ਨਾ ਲਾਵੇ ਇਹ ਕਿਸ ਤਰ੍ਹਾਂ ਬੋਲ ਰਿਹਾ ਹੈ ਜਿਸ ਤਰ੍ਹਾਂ ਮੇਰਾ ਸਟਾਈਲ ਹੈ ਕੌਣ ਹੈ ਤੂੰ ਖੁਸਰ ਫੁਸਰ ਡੋਨਟ ਕਾਲ ਮੀ ਖੁਸਰ ਫੁਸਰ ਓਕੇ ਉਹ ਚਲ ਓਏ ਨਾ ਦੁੱਧ ਨਾ ਦਹੀਂ ਨੀਰੀ ਯਈ ਯਈ ਦੁੱਧ ਨਾ ਦਹੀਂ ਨੀਰੀ ਯਈ ਯਈ ਤੂੰ ਜਿਹੜਾ 500 ਦੇਣਾ ਨਾ ਦੇ ਤੈਨੂੰ ਨਾ ਮੈਂ ਠੀਪਾ ਕਰਨ ਤੱਕ ਨਹੀਂ ਨਾ ਦਿਆ ਮੈਂ ਮੈਂ ਵੀ ਉਹਦੇ ਨੂੰ ਖੇਡਣੀ ਨਹੀਂ ਸਟੈਪਾਂ ਲਾ ਮੈਂ ਤੇ ਸਟੈਪ ਲਾ ਜਾਣਾ ਨਹੀਂ ਮੈਨੂੰ ਮੈਂ ਕੋੜਾ ਮੈਂ ਤਾਂ ਬੋਤਲ ਖੋਲ ਨਹੀਂ ਹੁੰਦੀ ਮੈਂ ਬਹੁਤ ਵੱਡੀ ਕੱਟ ਟੁੱਟੀ ਐ ਇਸ ਮੱਲੇ ਦੀ ਕਿੱਥੋਂ ਤੜਾ ਬੈਠੀ ਐ ਕੰਨ ਮਤਲਬ ਮੈਂ ਬਦਮਾਸ਼ ਐ ਇਸ ਮੱਲੇ ਦੀ ਬਦਮਾਸ਼ ਤੂੰ ਕੁੜੀਆਂ ਦੇ ਮੂੰਹ ਤੋਂ ਕਿੱਡਾ ਭੈੜਾ ਲੱਗਦਾ ਮੈਂ ਬਦਮਾਸ਼ ਕੋਈ ਕਵੇ ਬਦਮਾਸ਼ ਤੇ ਗਾਲ ਹੁੰਦੀ ਓ ਕੀ ਮਤਲਬ ਐ ਨਹੀਂ ਕਹਿੰਦਾ ਹੁੰਦਾ ਤੁਸੀਂ ਕੀਤਾ ਸਾਡਾ ਨੁਕਸਾਨ ਕੀ ਮੈਂ ਹਮਸਾਈਆਂ ਤੇਰੀ ਅੱਛਾ ਸਾਡੇ ਘਰੋਂ ਆਏ ਸਾਡੇ ਘਰ ਵੱਟਾ ਸਾਡੀ ਫੈਮਿਲੀ ਬੜੀ ਡੀਸੈਂਟ ਐ ਅਸੀਂ ਵੱਟੇ ਬੁੱਟੇ ਨਹੀਂ ਮਾਰਦੇ ਐਡਾ ਵੱਡਾ ਵੱਟਾ ਐਡਾ ਵੱਡਾ ਵੱਟਾ ਅਸੀਂ ਚਨੋਟ ਰਹਿੰਦੇ ਆ ਨਹੀਂ ਲੱਤਾਂ
ਜਦੋਂ ਮੈਂ ਵੱਡੀਆਂ ਨਾ ਪਹਿਲੇ ਐਨੀਆਂ ਐਨੀਆਂ ਲੱਤਾਂ ਫੇਰ ਵੱਡੀਆਂ ਐਨੀਆਂ ਫੇਰ ਤੇ ਫੇਰ ਉਹਨਾਂ ਨੂੰ ਪਤਾ ਹੈ ਕੁਝ ਨਹੀਂ ਪਤਾ ਉਹਨਾਂ ਨੂੰ ਦੱਸੋ ਕਮਰੇ ਸੁੱਤੀ ਹੋਣੀ ਬੱਚੇ ਬਾਹਰੋਂ ਚੋਰੀ ਨਿਕਲ ਜਾਂਦੇ ਨੇ ਤੇਰੇ ਬੱਚੇ ਤੇ ਚੋਰੀ ਜਾ ਨਹੀਂ ਸਕਦੇ ਪਿਛਲੇ ਕਮਰੇ ਸੁੱਤੀ ਹੋਵੇ ਤੇਰਾ ਬੱਚਾ ਚੋਰੀ ਜਾਣ ਲੱਗੇ ਤੂੰ ਅੰਦਰੋਂ ਫੜ ਲੈਂਗੇ ਚੱਲ ਕੋਈ ਫਾਇਦਾ ਨਹੀਂ ਜਿਹੜਾ ਬੱਚਾ ਖਰਾਬ ਹੋਣਾ ਹੈ ਉਹ ਹੋ ਜਾਂਦਾ ਇੱਕ ਹੈਗਾ ਸੀ ਬੁੱਲੜ ਆ ਗਿਆ ਡਰਾਮਿਆਂ ਵਿੱਚ ਅੱਛਾ ਮੈਂ ਤੇਰਾ ਪੁੱਤਰ ਹਾਂ ਹਾਂ ਮੈਂ ਤੇਰਾ ਪੁੱਤਰ ਹਾਂ ਐਵੇਂ ਕਿਹਾ ਨਹੀਂ ਤੂੰ ਮਹਿਸੂਸ ਕੀਤਾ ਨਹੀਂ ਤੂੰ ਕਹਿ ਨਾ ਕਹਿ ਮੈਂ ਤਾਂ ਮਹਿਸੂਸ ਕਰ ਲਿਆ ਨਾ ਮੈਂ ਤੇਰਾ ਪੁੱਤਰ ਹਾਂ ਤੇ ਕੀ ਲੱਭ ਰਿਹਾ ਆਪਣਾ ਅੱਬਾ ਲੱਭ ਰਿਹਾ ਹੋਰ ਕੀ ਕਰ ਰਿਹਾ ਹੁੰਦਾ ਇਹਦਾ ਬੰਦਾ ਬਣਨ ਡਿਆ ਆਪਣੇ ਵਾਸਤੇ ਜੁੱਤੀ ਨਵੀਂ ਲੈ ਜੁੱਤੀ ਨਵੀਂ ਲੈ ਤੂੰ ਲੱਭਿਆ ਫਿਰ ਕੀ ਹੋਇਆ ਜਿਹੜਾ ਹੈ ਠਹਿਰ ਜਾ ਠਹਿਰ ਗਿਆ ਇੱਧਰ ਦੇਖ ਲੈ ਇੱਧਰ ਦੇਖ ਲੈ ਤੂੰ ਤੇ ਉਹੀ ਹੈ ਮੈਂ ਪੈਸੇ ਦੇ ਕੇ ਆਇਆ ਸਾਂ ਐਟ ਦਾ ਸਪੋਟ ਕਲੀਅਰ ਕਰਨਾ ਆਈ ਐਮ ਨਾਟ ਮੁਫਤਾ ਤੂੰ ਉਹੀ ਹੈ ਮੇਰੇ ਬਚਪਨ ਦਾ ਮੰਗੇਤਰ ਹਾਂ ਹਾਂ ਐ ਅੰਗੂਠੀ ਤੂੰ ਪਾਈ ਸੀ ਉਹ ਲਾ ਸਾਡੀ ਅੰਗੂਠੀ ਤੇਰੀ ਐ ਮੇਰੀ ਦਾਦੀ ਅੰਗੂਠੀ ਹੈ ਤੂੰ ਮੇਰੇ ਬਚਪਨ ਦਾ ਮੰਗੇਤਰ ਹੈ ਪਰ ਤੈਨੂੰ ਕਿਸ ਤਰ੍ਹਾਂ ਯਾਦ ਹੋਏਗਾ ਤੇਰੀ ਸ਼ਕਲ ਦਾ ਮੇਰਾ ਇੱਕ ਮੰਗੇਤਰ ਸੀ ਅੱਛਾ ਟਰੱਕ ਦੇ ਥੱਲੇ ਆ ਕੇ ਉਹਦੇ ਟੋਟੇ ਟੋਟੇ ਹੋ ਗਏ ਸਨ ਉਹਦੋਂ ਕ੍ਰੈਡਿਟ ਮੋ ਗਿਆ ਹੋਏਗਾ ਫਿਰ ਨਹੀਂ ਟਰੱਕ ਦੇ ਥੱਲੇ ਆ ਕੇ ਉਹ ਮਰ ਗਿਆ ਸੀ ਥੋੜੇ ਬਹੁਤ ਵੱਡੇ ਕਰ ਨਾ ਤੂੰ ਤੇ ਪੈਦਾ ਹੁੰਦੇ ਡੇਢ ਲੀਟਰ ਦੀ ਸੈਂ ਥੋੜੇ ਵੱਡੇ ਕਰ ਲੈ ਉਹ ਤੇ ਯਾਦ ਨਾ ਤੈਨੂੰ ਜਦੋਂ ਅਸੀਂ ਬਾਵਾ ਚ ਬਾਵਾ ਪਾ ਕੇ ਗਾਣੇ ਗਾਏ ਸਨ ਕਿਹੜੇ ਪਲਕਾਂ ਦਾ ਚਿਮਟਾ ਵਜਾ ਕੇ ਮੈਂ ਬਹੁਤ ਛੋਟਾ ਤਾਂ ਮੈਨੂੰ ਯਾਦ ਨਹੀਂ ਤੇ ਮੈਂ ਕੀ ਸਾ ਵੱਡੀ ਸਾ ਬਹੁਤ ਸ਼ਾਇਦ ਅੱਛਾ ਇੱਕ ਗੱਲ ਤਾਂ ਤੈਨੂੰ ਯਾਦ ਹੋਏਗੀ ਕਿਹੜੀ ਜਦੋਂ ਤੈਨੂੰ ਪਠਾਨ ਅਗਵਾ ਕਰਕੇ ਲੈ ਗਏ ਸਨ ਚਲੋ ਕੰਮ ਕਰੋ ਆਪਣਾ ਜਾ ਸਾਰਾ ਕਿਉਂ ਓਏ ਗੱਲਾਂ ਯਾਦ ਕਰਨ ਵਾਲੀਆਂ ਹੁੰਦੀਆਂ ਆ ਅਵਾਇਡ ਕਰਨ ਵਾਲੀਆਂ ਹੁੰਦੀਆਂ ਨੇ ਇਹ ਤਾਂ ਗੱਲਾਂ ਐਵੇਂ ਹੀ ਯਾਦ ਕਰੋ ਤੇ ਵੱਖੀਆਂ ਹੀ ਦਰਦ ਹੋਣ ਲੱਗ ਪੈਂਦੀ ਹੈ ਚੱਲ ਇੱਕ ਗੱਲ ਤਾਂ ਯਾਦ ਰਹਿ ਜਦੋਂ ਅਸੀਂ ਨਹਿਰ ਤੇ ਨਹਾ ਕੇ ਸਾਂ ਹਾਂ ਹਾਂ ਦੋਨੋਂ ਇਕੱਠੇ ਅੱਛਾ ਤੂੰ ਦਰਖਤ ਤੋਂ ਛਾਲ ਮਾਰੀ ਸੀ ਹਾਂ ਧੋਤੀ ਤੇਰੀ ਉੱਤੇ ਹੀ ਰਹਿ ਗਈ ਸੀ ਤੇਰੇ ਕੋਲ ਕੋਈ ਐਸਾ ਵਾਕਿਆ ਹੈ ਜਿਹਦੇ 'ਚ ਮੇਰੀ ਇੱਜ਼ਤ ਹੋਈ ਹੋਵੇ ਹਾਂ ਮੈਨੂੰ ਯਾਦ ਹੈ ਜਦੋਂ ਮੈਂ ਦਰਖਤ ਤੋਂ ਛਾਲ ਮਾਰੀ ਮੇਰੀ ਧੋਤੀ ਉੱਤੇ ਰਹਿ ਗਈ ਸੀ ਹਾਂ ਮੈਂ ਨਹਿਰ 'ਚ ਡਿੱਗਣ ਦੀ ਬਜਾਏ ਸੜਕ ਤੇ ਡਿੱਗ ਪਿਆ ਸੀ ਤੇ ਤੂੰ ਆਪਣੀ ਸਾੜੀ ਮੇਰੇ ਉੱਤੇ ਦੇਤੀ ਸੀ ਯਾਦ ਹੈ ਨਹੀਂ ਨਹੀਂ ਯਾਦ ਇਹੋ ਜਿਹੇ ਗੱਲਾਂ ਨਹੀਂ ਯਾਦ ਮੈਨੂੰ ਤੈਨੂੰ ਪਤਾ ਹੈ ਜਦੋਂ ਤੈਨੂੰ ਪਠਾਨ ਚੁੱਕ ਕੇ ਲੈ ਗਏ ਸਰ ਫਿਰ ਤੂੰ ਟਰੱਕ ਦੇ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਤੇ ਉਸ ਤੋਂ ਬਾਅਦ ਮੈਂ ਪਾਗਲ ਹੋ ਗਈ ਸਾਂ ਓਏ ਜ਼ੇਨੀ ਮਰੀਜ਼ਾ ਤੂੰ ਬਿਲਕੁਲ ਬੇਫਿਕਰ ਹੋ ਜਾ ਮੇਰਾ ਭਰਾ ਡਾਕਟਰ ਮੈਂ ਤੇਰਾ ਇਲਾਜ ਕਰਵਾ ਲਾਂਗਾ ਮੇਰਾ ਨਹੀਂ ਕਰ ਸਕਦਾ ਵਜਾ ਮੈਨੂੰ ਬਹੁਤ ਅਜੀਬ-ਅਜੀਬੋ-ਗਰੀਬ ਬਿਮਾਰੀਆਂ ਮਸਲਨ ਮੈਨੂੰ ਐਸੀ ਗੱਲਾਂ ਦੇ ਖਿਆਲ ਆਉਂਦੇ ਨੇ ਜਿਨ੍ਹਾਂ ਦਾ ਮੇਰੇ ਨਾਲ ਕੋਈ ਤਾਲੁਕ ਨਹੀਂ ਹੋ ਮਤਲਬ ਕਿਹੜੇ ਬੰਦੇ ਨੇ ਜਿਨ੍ਹਾਂ ਦੇ ਤੈਨੂੰ ਖਿਆਲ ਆਉਂਦੇ ਨੇ ਬੰਦਿਆਂ ਦੇ ਨਹੀਂ ਗੱਲਾਂ ਦੇ ਖਿਆਲ ਗੱਲਾਂ ਬੰਦੇ ਹੀ ਕਰਦੇ ਨੇ ਹੋਰ ਕੌਣ ਕਰਦਾ ਇਹ ਬੰਦੇ ਬੜੀਆਂ ਗੱਲਾਂ ਕਰਦੇ ਨੇ ਮੂੰਹ ਤੇ ਕੁਛ ਹੁੰਦੇ ਨੇ ਬਾਅਦ ਚ ਕੁਛ ਹੁੰਦੇ ਨੇ ਪਹਿਲੀ ਪਤਾ ਹਾਂ ਇਹ ਤੂੰ ਸਹੀ ਕਹਿ ਰਿਹਾ ਮੈਨੂੰ ਨਾ ਐਸੇ ਐਸੇ ਖਿਆਲ ਆਉਂਦੇ ਨੇ ਜਿਵੇਂ ਕਿ ਮਨਸੂਬਾਬੰਦੀ ਦਾ ਖਿਆਲ ਤੇਰਾ ਮਨਸੂਬਾਬੰਦੀ ਨਾਲ ਕੀ ਤਾਲੁਕ ਇਹ ਹੋਈ ਤਾਂ ਮੈਂ ਕਹਿੰਦੀ ਔਰ ਨਾਲੇ ਵੈਸੇ ਵੀ ਲਫ਼ਜ਼ ਗਲਤ ਹੈ ਮਨਸੂਬਾਬੰਦੀ ਲਫ਼ਜ਼ ਹੋਣਾ ਚਾਹੀਦਾ ਮਨਸੂਬਾ ਬੰਦਾ ਇਹ ਬੰਦੀ ਵਿਚਾਰੀ ਤੇ ਮਨੇ ਨਹੀਂ ਕਰਦੀ ਰੋਕ ਦੇ ਲਈ ਜਿੰਨਾ ਗੰਦ ਪਾਉਂਦਾ ਬੰਦਾ ਪਾਉਂਦਾ ਮਨਸੂਬਾ ਬੰਦਾ ਸਹੀ ਗੱਲ ਬੰਦਿਆਂ ਤੇ ਕੰਟਰੋਲ ਕਰੋ ਮੇਰੇ ਆਪਣੇ 27-28 ਭੈਣ ਭਰਾ ਅੱਬੇ ਦਾ ਕਸੂਰ ਬੰਦਾ 27-28 ਕਿਸੇ ਨੇ ਸਮਝਾਇਆ ਨਹੀਂ ਤੇਰੇ ਪਿਓ ਦਾ ਮੱਲਾ ਸਮਝਾਉਂਦਾ ਚਾਚਾ ਬੱਚੇ ਦੋ ਹੀ ਅੱਛੇ ਉਹ ਜਿੰਨੀ ਵਾਰੀ ਕਹਿੰਦੇ ਸਨ ਬੱਚੇ ਦੋ ਹੀ ਅੱਛੇ ਦੋ ਹੀ ਹੁੰਦੇ ਸਨ ਅੱਛਾ ਉਹ ਸਮਝਾਉਣ ਆਉਂਦੇ ਸੀ ਅੱਬਾ ਆਰਡਰ ਸਮਝ ਲੈਂਦਾ ਸੀ ਉਹ ਫਿਰ ਆਪ ਕੇ ਉਹਨਾਂ ਨੇ ਇੱਕ ਮਨਸੂਬਾਬੰਦੀ ਵਾਲੀ ਔਰਤ ਮੇਰੇ ਆਪੇ ਦੇ ਪਿੱਛੇ ਲਾਤੀ ਉਹ ਦੋ ਹਫ਼ਤੇ ਆਪਣੀ ਸਮਝਾਉਂਦੇ ਨਹੀਂ ਦੇਖੀ ਨਹੀਂ ਬੱਚੇ ਦੋ ਹੀ ਅੱਛੇ ਹੁੰਦੇ ਇਸ ਤਰ੍ਹਾਂ ਨਹੀਂ ਕਰਦੇ ਯੇ ਨਹੀਂ ਕਰਦੇ ਅਖਰਾਜਾਤ ਬੜ ਜਾਂਦੇ ਆ ਅੱਬੇ ਨੂੰ ਚੜ ਗਿਆ ਗੁੱਸਾ ਫਿਰ ਅੱਬੇ ਨੇ ਦੋ ਘੰਟੇ ਉਹਨੂੰ ਸਮਝਾਇਆ ਹੁਣ ਮਾਸ਼ਾਅੱਲਾ 6 ਉਹਦੇ 24 ਨੇ ਛੇ ਉਹਦੇ 24 ਚਾਰ ਮੁੰਡੇ ਦੋ ਕੁੜੀਆਂ ਨੇ ਉਹ ਰੇਲੀ ਹਾਂ ਇੱਕ ਕੈਨੇਡਾ ਹੁੰਦੀ ਹੈ ਇੱਕ ਇੱਥੇ ਹੁੰਦੀ
ਇਸ ਤਰ੍ਹਾਂ ਤੇਰੀਆਂ ਪੈਣਾ ਲੱਗਦੀਆਂ ਨੇ ਉਹ ਦੂਜੀ ਭੈਣ ਚੋਂ ਮੇਰੇ ਨੇੜੇ ਵੀ ਨਹੀਂ ਲੱਗਦੀਆਂ ਦੂਜੀ ਭੈਣ ਚੋਂ ਦੂਜੀ ਮਾਂ ਚੋਂ ਯੈਸ ਅੱਛਾ ਮੈਨੂੰ ਨਾ ਚੱਕਰ ਵੀ ਆਉਂਦੇ ਨੇ ਇਹ ਜਿਹੜੇ ਦਿੱਤੇ ਨੇ ਉਹ ਵਾਪਸ ਆਉਂਦੇ ਨੇ ਉਹ ਨਹੀਂ ਹੈ ਗੋਲ ਗੋਲ ਕਰ ਜਾਂਦੇ ਅੱਛਾ ਗੋਲ ਗੋਲ ਰਾਉਂਡ ਅਬਾਊਟ ਹਾਂ ਖਾਬ ਆਂਦੀ ਕੋਈ ਸਟੋਰੀ ਦੀ ਖਾਬ ਆਂਦੀ ਰੋਜ਼ ਕਿੰਨੇ ਵਜੇ ਖਾਬ ਆਂਦੀ ਆ 3 ਵਜੇ ਰੋਜ਼ਾਨਾ 3 ਵਜੇ ਖਾਬ ਆਂਦਾ 3 ਵਜੇ ਖਾਬ ਆਂਦਾ ਤੈਨੂੰ ਖਾਬ ਚ ਕਦੀ ਫੀਲ ਹੋਇਆ ਕਿ ਤੇਰੇ ਦਰਵਾਜ਼ੇ ਤੇ ਕੋਈ ਨੌਕ ਕਰ ਰਿਹਾ ਐਹੋ ਹੀ ਫੀਲ ਨਾਲ ਬੈਲ ਹੋ ਰਹੀ ਟਰ 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 ਹਲਕਾ ਹਲਕਾ ਬੰਦਾ ਖੰਗ ਵੀ ਰਿਹਾ ਕਿ ਕਿਉਂ ਨਹੀਂ ਖੋਲਦੀ ਖਾਨਾ ਖਰਾਬੇ ਮੈਂ ਖਜਲ ਹੋਣ ਦੇ ਉਹਨਾਂ ਬਾਅਦ ਕਿਵੇਂ ਖੋਲੇ ਅੰਦਰ ਤੇ ਮੈਂ ਹੁਣਾ ਅੱਛਾ ਅੰਦਰ ਤੂੰ ਨਾ ਹਾਂਜੀ ਹਾਂਜੀ ਤਦੀ ਹਲਕੀ ਹਲਕੀ ਆਵਾਜ਼ ਆ ਰਹੀ ਹੁੰਦੀ ਆ ਉਹ ਫਿਰ ਸਹੀ ਕਹਿੰਦੀ ਸੀ ਪਠਾਨ ਲੈ ਗਏ ਸੀ ਤੈਨੂੰ ਖਾਨਾ ਖਰਾਬਾ ਇਹਨਾਂ ਨੇ ਕੇਬਲ ਵਾਲੇ ਆਪ ਪੈਸੇ ਦੇ ਕੇ ਜਾਂਦੇ ਨੇ ਹਰ ਮਹੀਨੇ ਤੋਂ ਬਾਅਦ ਸਾਰੇ ਮਹੱਲੇ ਚੋਂ ਕੇਬਲ ਦੇ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਪੈਸੇ ਦੇ ਕੇ ਜਾਂਦਾ ਨਾਲ ਜਾਣ ਲੱਗਾ ਇੰਨੀ ਕੇਬਲ ਵੀ ਦੇ ਕੇ ਜਾਂਦਾ ਹੈ ਕੇਬਲ ਦੇ ਪੈਸੇ ਨੇ ਲਓ ਸੀਡੀ ਦੀ ਪੂਛਲ ਬਣਾਣੀ ਹੁੰਦੀ ਨਾ ਉਹ ਨਹੀਂ ਨਹੀਂ ਜਿਹੜੀ ਕੇਬਲ ਚੱਲਦੀ ਨਾ ਜਿਹਦੇ ਤੇ ਉਹ ਚੱਲ ਚੱਲ ਕੇ ਧੂਆਂ ਨਿਕਲਣ ਲੱਗ ਪਿਆ ਮੈਂ ਉਹਦੇ ਪੈਸੇ ਲੈਣਾ ਆ ਗੱਲ ਇਹ ਵੇ ਕਿ ਜੀ ਬੰਦੇ ਨੂੰ ਸੱਚੀ ਗੱਲ ਕਰਨੀ ਚਾਹੀਦੀ ਬਿਲਕੁਲ ਇਨਸਾਨ ਨੂੰ ਇਨਸਾਨ ਦੀ ਕਦਰ ਕਰਨੀ ਚਾਹੀਦੀ ਬੰਦੇ ਦਾ ਪਤਾ ਲੱਗਦਾ ਸੁੱਕੇ ਪੱਤਿਆਂ ਵਾਂਗੂ ਬੰਦੇ ਝੜਦੇ ਜਾਂਦੇ ਬਿਲਕੁਲ ਮੈਂ ਸੋਹਣੀ ਸੱਚੀ ਗੱਲ ਕਰਾਂਗਾ ਨਾ ਮੈਂ ਤੇਰੀ ਕਬਰੇ ਪੈਣਾ ਤੇ ਨਾ ਤੂੰ ਮੈਨੂੰ ਪੈਣ ਦੇਣਾ ਕਬਰ ਮੇਰੀ ਇਹ ਤੇਰਾ ਉੱਥੇ ਕੀ ਕੰਮ ਹੈ ਨਹੀਂ ਨਹੀਂ ਕਬਰ 'ਚ ਵੈਸੇ ਵੀ ਜਗ੍ਹਾ ਥੋੜੀ ਹੁੰਦੀ ਬੰਦੇ ਨੇ ਆਪ ਹੀ ਲੱਕ ਪੈਰ ਸਿੱਧਾ ਕਰਨਾ ਹੁੰਦਾ ਆ ਬੰਦਾ ਉੱਥੇ 2 ਮਿੰਟ ਕਬਰ ਨਾਲ ਪਿਆ ਰਹੇ ਫਿਰ ਜੋ ਕਿਸੇ ਨੂੰ ਦਾਅਵਤ ਦੇ ਕੇ ਆਪ ਗੋਡੇ ਖੜੇ ਕਰਕੇ ਸੁੱਤਾ ਰਹੇ ਕੌਣ ਜ਼ਿੰਮੇਦਾਰ ਹੈ ਜੀ ਅੱਛਾ ਨਹੀਂ ਲੱਗਦਾ ਬੰਦੇ ਦਾ ਕੋਈ ਪਤਾ ਨਹੀਂ ਉਹ ਲੱਗਦਾ ਸੁੱਕੇ ਪੱਤਿਆਂ ਵਾਂਗੂ ਬੰਦੇ ਝੜਦੇ ਜਾਂਦੇ ਮੇਰੀ ਮਾਸੀ ਦਾ ਪੁੱਤ 18 ਸਾਲਾਂ ਦਾ ਜਵਾਨ ਮੁੰਡਾ 18 ਸਾਲਾਂ ਦਾ ਕੋਈ ਉਮਰ ਹੈ ਦੇਖੋ ਓਏ ਹੋਏ ਹੋਏ ਇੱਕੋ ਹੀ ਇੱਕ ਮਾਪਿਆਂ ਦਾ ਪੁੱਤਰ ਓਏ ਹੋਏ ਚੰਗਾ ਭਲਾ ਕੰਮ ਤੋਂ ਆਇਆ ਕੋਈ ਸੋਚ ਵੀ ਨਹੀਂ ਸਕਦਾ ਚੰਗਾ ਭਲਾ ਕੰਮ ਤੋਂ ਆਇਆ ਆ ਕੇ ਮਾਂ ਕੋਲੋਂ ਰੋਟੀ ਮੰਗੀ ਮਾਂ ਦੇ ਕਲੇਚ ਨੂੰ ਹੱਥ ਪਾਵੇ ਤੇ ਅਰਸ਼ ਹਿੱਲ ਜਾਂਦਾ ਮਾਂ ਕੋ ਰੋਟੀ ਮੰਗੀ 8 ਵਜੇ ਰੋਟੀ ਖਾ ਕੇ ਰਾਤ ਨੂੰ ਚੰਗਾ ਭਲਾ ਸੁੱਤਾ ਅੱਛਾ ਤੇ ਜਾ ਸੁਬਾ 5 ਵਜੇ ਉੱਠਿਆ ਮਾਮਾ ਸਾਡੇ ਮੂੰਹ ਤਾਜ਼ੀਆ ਦਾ ਲੈ ਕੇ ਉਮਣਾ ਤੇਰੇ ਨਹੀਂ ਨਹੀਂ ਜਿੱਥੇ ਲਿਖੀ ਹੋਵੇ ਤਕਦੀਰ ਆਪ ਬੰਦੇ ਨੂੰ ਘੇਰ ਕੇ ਉੱਥੇ ਲੈ ਜਾਂਦੀ ਸਹੀ ਕੰਮ ਕਰ ਰਹੇ ਹੋ ਉਹੀ ਮੁੰਡਾ ਜਿਹੜਾ ਰਾਤ ਨੂੰ ਸੁੱਤਾ ਸੁਬਾ ਉੱਠਿਆ ਬੇਬੇ ਨੂੰ ਕਹਿੰਦਾ ਬੇਬੇ ਮੈਂ ਚੱਲਾਂ ਕੰਮ ਤੇ ਮੈਨੂੰ ਇਜਾਜ਼ਤ ਦੇ ਇਜਾਜ਼ਤ ਲੈ ਕੇ ਘਰੋਂ ਬਾਹਰ ਨਿਕਲਣ ਲੱਗਾ ਤੇ ਵੇੜੇ 'ਚ ਸ਼ੀਸ਼ਾ ਲੱਗਾ ਸੀ ਆਖਰੀ ਨਿਸ਼ਾਨੀ ਆ ਪਤਾ ਨਹੀਂ ਕੀ ਦਿਲ ਕੀਤਾ ਸ਼ੀਸ਼ਾ ਵੇਖਦੇ ਵੇਖਦੇ ਨੇ ਕੰਘਾ ਚੁੱਕਿਆ ਤੇ ਸਿਰ ਵਾਹਣ ਲੱਗ ਪਏ ਆਖਰੀ ਨਿਸ਼ਾਨੀ ਆ ਸਿਰ ਵਾਹੁੰਦੇ ਵਾਹੁੰਦੇ ਨੇ ਇਹਦੀ ਚੀਰ ਕੱਢਿਆ ਤੇ ਚੀਰ ਵਿੰਗਾ ਨਿਕਲ ਆਇਆ ਆਖਰੀ ਨਿਸ਼ਾਨੀ ਆ ਬੜੀ ਵੱਡੀ ਭੈੜੀ ਨਿਸ਼ਾਨੀ ਨਿਕਲੀ ਬਈ ਚੀਰ ਵਿੰਗਾ ਵੇਖ ਕੇ ਘਬਰਾ ਗਿਆ ਮਾਂ ਨੂੰ ਕਹਿੰਦਾ ਮਾਂ ਚੀਰ ਵਿੰਗਾ ਨਿਕਲ ਆਇਆ ਅੱਲਾ ਖੈਰ ਕਰੇ ਸਹੀ ਮਾਂ ਦਾ ਢਿੱਡ ਸੀ ਨਹੀਂ ਵੇਖਿਆ ਗਿਆ ਕਹਿੰਦੀ ਮਾਂ ਦਾ ਢਿੱਡ ਕੋਈ ਵੀ ਨਹੀਂ ਵੇਖਿਆ ਗਿਆ ਹਾਂ ਕਹਿੰਦੀ ਪੁੱਤਰ ਢਾ ਕੇ ਫੇਰ ਵਾਹ ਲੈ ਅੱਛਾ ਮੁੰਡੇ ਨੇ ਦੁਬਾਰਾ ਨੱਕ ਤੇ ਕੰਘਾ ਰੱਖ ਕੇ ਇਹਨੇ ਚੀਰ ਕੱਢਿਆ ਤੇ ਚੀਰ ਸਿੱਧਾ ਨਿਕਲ ਆਇਆ ਚਲੋ ਸਿੱਧੀ ਪੈ ਗਈ ਲੋ ਜੀ ਚੀਰ ਕੱਢ ਕੇ ਟੁਰਨ ਲੱਗਾ ਤੇ ਵੇੜੇ 'ਚ ਨਲਕਾ ਲੱਗਾ ਸੀ ਇਹ ਜਿਹੜਾ ਕੰਘਾ ਸ਼ੀਸ਼ਾ ਉਹ ਕਿੱਥੇ ਗਿਆ ਤੇਰਾ ਪਿਓ ਉਹ ਤੇ ਉੱਧਰ ਰਹਿ ਗਿਆ ਨਾ ਭਰੇ ਲੋ ਜੀ ਨਲਕੇ ਨੂੰ ਵੇਖ ਕੇ ਕਹਿੰਦਾ ਨਲਕੇ ਆ ਸਾਡਾ ਨਹਾਉਣਾ ਧੋਣਾ ਮਾਫ ਕਰੀ ਯਾਰ ਬੜੀ ਜ਼ੋਰ ਨਾਲ ਮੈਂ ਤੈਨੂੰ ਗੇੜਦਾ ਰਿਹਾ ਕਈ ਵਾਰੀ ਮੈਂ ਤੇਰੀ ਬੋਕੀ ਵੀ ਪਾੜੀ ਓਏ 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 ਨਲਕੇ ਦੀ ਬੋਕੀ ਖੋਣ ਪਾੜਦਾ ਈ ਉਹ ਨਲਕੇ ਨਾਲ ਅਗਲਾ ਪਾੜ ਦਿੰਦਾ ਬੋਕੀ ਜਿਹੜਾ ਇਹਨਾਂ ਨਾਲ ਪਾਣੀ ਦਿੰਦਾ ਅਗਲਾ ਆਪਣੀ ਬੋਕੀ ਪਾੜ ਨਹੀਂ ਦਿੰਦਾ ਓ ਯਾਰ ਆਖਰੀ ਨਿਸ਼ਾਨੀਆਂ ਬੰਦੇ ਦਾ ਨਹੀਂ ਨਾ ਪਤਾ ਲੱਗਦਾ ਲੋ ਜੀ ਨਲਕੇ ਕੋ ਮਾਫੀ ਮੰਗ ਕੇ ਟੁਰਨ ਲੱਗਾ ਤੇ ਪਤਾ ਨਹੀਂ ਕੀ ਦਿਲ ਚ ਆਇਆ ਵਾਪਸ ਆ ਗਿਆ ਆ ਕੇ ਮਾਂ ਨੂੰ ਕਹਿੰਦਾ ਮਾਂ ਮੈਨੂੰ ਕੁਝ ਖਾਣ ਨੂੰ ਦੇ ਦੇ ਅੱਛਾ ਆਖਰੀ ਨਿਸ਼ਾਨੀਆਂ ਇਹ ਵੀ ਆ ਸ਼ੀਸ਼ਾ ਵੀ ਨਿਕਲ ਗਿਆ ਨਲਕਾ ਵੀ ਗਿਆ ਹਾਂ ਕਿਉਂ ਰੋਕਣਾ ਨੂੰ ਗੱਲ ਕਿਉਂ ਨਹੀਂ ਪੂਰੀ ਕਰਨ ਦੇ ਰਿਹਾ ਚੱਲ ਮਾਂ ਨੇ ਨਾ ਚਾਹ ਦੀ ਪਿਆਲੀ ਫੜਾਈ ਤੇ ਕਹਿੰਦਾ ਮਾਂ ਕੁਝ ਨਾਲ ਖਾਣ ਨੂੰ ਦੇ ਦੇ ਮਾਂ ਦਾ ਢਿੱਡ ਸੀ ਨਹੀਂ ਵੇਖਿਆ ਗਿਆ ਉਹ ਮਾਂ ਕਿਹੜੇ ਢਿੱਡ ਨਾਲ ਵੇਖਣ ਦੀ ਖਾਨਾ ਖਰਾਬ ਦੇ ਪੁੱਤਰਾ ਉਹਨੇ ਅੱਖਾਂ ਲਵਾਈਆਂ ਹੀ ਵੇਖਦੀ ਉਹਦੇ ਹੱਲ ਮਾਂ ਨੇ ਨਾ ਚਾਹ ਦੇ ਨਾਲ ਰਸ ਫੜਾਤਾ ਲਓ ਜੀ ਮੁੰਡੇ ਨੇ ਚਾਹ ਰਸ ਚਾਹ ਡਬੋ ਕੇ ਨਾ ਰਸ ਹਾਂ ਚਾਹ ਦੇ ਵਿੱਚ ਰਸ ਡਬੋ ਕੇ ਇੰਜ ਬਾਹਰ ਕੱਢੇ ਤੇ ਅੱਗੋਂ ਰਸ ਝੜ ਗਿਆ ਓਏ ਹੋਏ 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 ਓਏ ਹੋਏ ਉਹਦੇ ਵਿੱਚ ਕਿੱਡਾ ਅਫਸੋਸ ਕਰਨ ਵਾਲੀ ਕਿਹੜੀ ਗੱਲ ਹੈ ਰਸ ਉਹਨਾਂ ਕਰਕੇ ਗਿੱਲਾ ਹੋਇਆ ਡਿੱਗ ਪੈਂਦਾ ਉਹਦੇ ਨਸੀਬਾਂ 'ਚ ਨਹੀਂ ਨਸੀਬਾਂ 'ਚ ਨਹੀਂ ਰਸ ਨਾਲ ਕੀ ਇਹਦੇ 'ਚ ਓਏ ਹੋਏ ਕਰਨ ਵਾਲੀ ਕਿਹੜੀ ਗੱਲ ਹੈ ਰਸ ਨੂੰ ਜਦੋਂ ਡਬੋ ਕੇ ਬਾਹਰ ਕੱਢੋ ਢਿੱਲਾ ਜਿਹਾ ਡਿੱਗ ਪੈਂਦਾ ਹੁੰਦਾ ਸਾਨੂੰ ਕੀ ਪਤਾ ਜਿਨ੍ਹਾਂ ਦੇ ਰਸ ਢਿੱਲੇ ਆਉਣਗੇ ਉਹਨਾਂ ਨੂੰ ਪਤਾ ਹੋਏਗਾ ਤੇਰੇ ਸਦਕੇ ਜਾਣਾ ਜਿਨ੍ਹਾਂ ਦੇ ਰਸ ਰਸ ਜਿਹੜਾ ਚਾਹ 'ਚ ਡਬੋਏਗਾ ਢਿੱਲਾ ਹੀ ਹੋਏਗਾ ਆ ਵੀ ਹੱਥ 'ਚ ਦੂਸਰਾ ਸੁੱਕਾ ਖਾਓਗੇ ਤੇ ਤੁਹਾਡੇ ਵਰਗਾ ਹੋਣਾ ਬੰਦਾ ਟੈਕਨੀਕਲ ਤੇ ਨਹੀਂ ਨਾ ਕਿਵੇਂ ਇਹ ਸੁੱਕਾ ਖਾ ਕੇ ਉੱਤੋਂ ਚਾਹ ਪੀ ਲੈਂਦੀ ਹੈ ਨਾ ਮੈਂ ਕੱਲ ਵੇਖਿਆ ਤੇਰੀ ਪਿਆਲੀ ਸੁੱਕੀ ਪਈ ਸੀ
ਭਾ ਵਾਕਈ ਇੰਜ ਬੰਦ ਡਬੋਵੋ ਨਾ ਚਾਹ ਚ ਤੇ ਉਹ ਸਾਰਾ ਕੱਪ ਚਾਹ ਨੂੰ ਚੜ ਜਾਂਦਾ ਤੂੰ ਇੰਜ ਵੇਖਣ ਡਿਆ ਹੁੰਦਾ ਉੱਤੇ ਇਹ ਬੰਦ ਤੇ ਅੰਬ ਨਹੀਂ ਖਾਣਾ ਚਾਹੀਦਾ ਦੋਵੇਂ ਬੰਦੇ ਨੂੰ ਸ਼ਰਮਿੰਦਾ ਕਰ ਦਿੰਦੇ ਨੇ ਕਿਵੇਂ ਇੱਥੋਂ ਸਾਰੀਆਂ ਕੋਣੀਆਂ ਭਰ ਜਾਂਦੀਆਂ ਨੇ ਉਹ ਲੱਗਦਾ ਬੰਦਾ ਬੰਦ ਚੂਪਣ ਡਿਆ ਲਓ ਜੀ ਮੁੰਡੇ ਨੇ ਨਾ ਚਾਹ ਪੀਤੀ ਚਾਹ ਪੀ ਕੇ ਟੁਰਨ ਲੱਗਾ ਤੇ ਜਿਹੜੇ ਸਾਈਕਲ ਤੇ ਰੋਜ਼ ਬਹਿ ਕੇ ਜਾਂਦਾ ਸੀ ਲਓ ਜੀ ਇਹਨੇ ਤੇ ਸਾਈਕਲ ਕੱਢ ਲਈ ਆਓ ਅਸੀਂ ਬੈਠੀਏ ਸਹੀ ਗੱਲ ਹੈ ਸ਼ਰਾਬ ਪੀ ਕੇ ਤੇ ਮਜ਼ਾਂਗਲ
ਮੈਂ ਕਿਹਾ ਕਿੱਧਰ ਕਹਿੰਦਾ ਜੀ ਸਮਨਾਬਾਦ ਦਾ ਵਿਆਹ ਉੱਧਰ ਆਏ ਆ ਇਹਨਾਂ ਨੂੰ ਭੇਜਿਆ ਸੀ ਜੌਹਰ ਟਾਊਨ ਨੇ ਜੌਹਰ ਟਾਊਨ ਤੇ ਪੰਜਾਬ ਸੁਸਾਇਟੀ ਦੀ ਲੱਗਦੀ ਫੱਗਦੀ ਹੈ ਨਾ ਤੇ ਮੁਲਤਾਨ ਰੋਡ ਇਹਨਾਂ ਨੂੰ ਸਪੋਰਟ ਕਰਦਾ ਮੁਲਤਾਨ ਰੋਡ ਤੇ ਜੇਲ ਰੋਡ ਤੋਂ ਵੀ ਕਜ਼ਨ ਨੇ ਨਾ ਆਪਸ ਚ ਨੀਲਾ ਗੁੰਮਦ ਨੀ ਅਨਾਰਕਲੀ ਦੇ ਨਾਲ ਉਹਦੇ ਵਿੱਚੋਂ ਚੇਰਮ ਕ੍ਰਾਸ ਹੋਇਆ ਅੱਛਾ ਲਵੀ ਮਾਨਾ ਤੂੰ ਨਾ ਹੋਵੇਂ ਅੱਧੇ ਪਾਕਿਸਤਾਨ ਦੇ ਇਲਾਕਿਆਂ ਨੂੰ ਤਲਾਕ ਹੋ ਜਾਏ ਭਾਈ ਜੀ ਇਹਨਾਂ ਨੂੰ ਪਤਾ ਹੁੰਦਾ ਲੱਗਣਾ ਜਦੋਂ ਭਾਈ ਫੇਰੂ ਆਇਆ ਇਹ ਭਾਈ ਉਹ ਭਾਈ ਜਿਹੜਾ ਭਾਈ ਫੇਰੂ ਜਿਹੜਾ ਉਹ ਤੇ ਫੇਰਦਾ ਹੀ ਬਹੁਤ ਹੈ ਹਾਂਜੀ ਕਾਦੇ ਲਈ ਆੜਾ ਉਹਨੇ ਭਾਈ ਫੇਰੂ ਤੇ ਰਾਏ ਪਿੰਡ ਤੋਂ ਵੀ ਕਜ਼ਨ ਨੇ ਚਲੋ ਕੰਮ ਕਰ ਆਪਣਾ ਭਾ ਜਾ ਮੋਬਾਈਲ ਨੰਬਰ ਦੇ ਆਪਣਾ ਯਾਰ ਮੈਂ ਤੁਹਾਨੂੰ ਦੇ ਤਾ ਦੂੰ ਲੇਕਿਨ ਮੇਰੀ ਸਿਮ ਬਲੌਕ ਹੋ ਗਈ ਕਿਉਂ ਬਲੌਕ ਹੋਈ ਸਿਮ ਬੰਦ ਹੋ ਗਈ ਬੰਦ ਹੋ ਗਈ ਇਹ ਸਿਮ ਹੈ ਨਾ ਜਿਹੜੀ ਇਹ ਟੈਲੀਨੌਰ ਦੀ ਭਤੀਜੀ ਚੱਲ ਓਏ ਚੱਲ ਚੱਲ ਇਹਦਾ ਰਿਸ਼ਤੇਦਾਰੀਆਂ ਜਿਹੜੀ ਦਾ ਪਾ ਦੇ ਇਹ ਜੈਦ ਵਾਲਿਆਂ ਨੂੰ ਮੰਗੀ ਸੀ ਤੁਹਾਨੂੰ ਸਾਰਾ ਪਤਾ ਕਿਉਂ ਫੋਨ ਨੇ ਇਹਨਾਂ ਦਾ ਰਿਸ਼ਤਾ ਕਰਾਇਆ ਸੀ ਜਹਲ ਆਦਮੀ ਸਿਮਾਂ ਦੀ ਰਿਸ਼ਤੇਦਾਰੀ ਕੱਢਣ ਲੱਗ ਪਏ ਆ ਕੀ ਕਰ ਰਹੇ ਆ ਵੀ ਜਹਲ ਆਦਮੀ ਕਦੀ ਇਸ ਤਰ੍ਹਾਂ ਹੋ ਸਕਦਾ ਕਿ ਜੋਹਰ ਟਾਊਨ ਦਾ ਕਿਸੇ ਨਾਲ ਤਾਲਕ ਹੋਵੇ ਨਹੀਂ ਜੋਹਰ ਟਾਊਨ ਦਾ ਕਿਸੇ ਨਾਲ ਤਾਲਕ ਹੀ ਨਹੀਂ ਹੈ ਬਿਲਕੁਲ ਕਦੀ ਜੋਹਰ ਟਾਊਨ ਕਿਤੇ ਗਿਆ ਹੀ ਨਹੀਂ ਜਿਹੜਾ ਵੀ ਆਉਂਦਾ ਜੋਹਰ ਟਾਊਨ ਹੀ ਆਉਂਦਾ ਮੈਨੂੰ ਕਿਉਂ ਕਹਿ ਰਿਹਾ ਮੈਂ ਮਾਲਾ ਦਾ ਜੋਹਰ ਟਾਊਨ ਦੀ ये जूती कहाँ से ली तूने ये जूती लंदन से ली थी ये मैंने हॉलैंड से लिया था तो इनकी शादी करवा दे इन्हें तो छोटी छोटी पंपियां होने गई गल सुन फिर उन्होंने बेल्जियम को आवा के पा मुसवा को गल सुन हां मैंने जब तू तेरे नाल एक्टिंग कर रही है ना मंगेतर होने दी हां मैं तू ना सच्चा सच्चा मंगेतर लग रहा है सच्ची तू मेरा बन जा सच्चा मंगेतर ये तो मेरी आंखों में देख के कह रहा मैं वेरी ने पैसे नहीं लाया इधर वे ਮੈਂ ਕਰ ਰਿਹਾ ਤੂੰ ਜ਼ਰਾ ਰਫ ਹੋ ਰਹੀ ਹੈ ਤੈਨੂੰ ਕਰ ਚੱਲ ਚੱਲ ਜੀ ਹਾਂ ਹੁਣ ਕਹਿ